ਅੱਜ ਅਸੀਂ ਗੱਲ ਕਰਨ ਲੱਗੇ ਹਾਂ ਕਿ ਕਿਵੇਂ ਐਕਸਰਸਾਈਜ਼ ਤੁਹਾਨੂੰ ਖੁਸ਼ ਰਹਿਣ ਦੇ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ, ਔਰ ਇਹ ਬਹੁਤ ਅੱਛਾ ਇੱਕ ਹੈਲਥ ਟਿਪ ਹੈ ਜਿਹੜਾ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ। ਜੇ ਕੋਈ ਤੁਹਾਡੇ ਜਾਣ ਪਹਿਚਾਣ ਦੇ ਵਿੱਚ ਜਾਂ ਤੁਹਾਡਾ ਆਪਣਾ ਮੂਡ ਜਿਹੜਾ ਹੈ ਉਹ ਆਮ ਤੌਰ 'ਤੇ ਸਹੀ ਨਹੀਂ ਰਹਿੰਦਾ, ਠੀਕ ਨਹੀਂ ਰਹਿੰਦਾ, ਤੁਹਾਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ, ਤੁਹਾਨੂੰ ਐਵੇਂ ਲੱਗਦਾ ਹੈ ਕਿ ਜਿਹੜੀ ਲਾਈਫ ਹੈ ਉਹ ਨੀਰਸ ਹੋ ਗਈ ਹੈ, ਉਹਦੇ 'ਚ ਕੋਈ ਇੰਟਰਸਟਿੰਗ ਗੱਲ ਨਹੀਂ ਹੋ ਰਹੀ, ਕੋਈ ਐਕਸਾਈਟਮੈਂਟ ਨਹੀਂ ਹੈ, ਤਾਂ ਜ਼ਰੂਰ ਇਹ ਹੈਲਥ ਟਿਪ ਤੁਸੀਂ ਉਹਨਾਂ ਨਾਲ ਸ਼ੇਅਰ ਕਰਕੇ ਉਹਨਾਂ ਦੀ ਹੈਲਪ ਕਰ ਸਕਦੇ ਹੋ। ਦੋਸਤੋ, ਡਿਪਰੈਸ਼ਨ, ਐਂਗਜ਼ਾਇਟੀ, ਦੀਜ਼ ਆਰ ਦਾ ਟੂ ਟਰਮਸ ਵਿਚ ਵੀ ਯੂਜ਼। ਡਿਪਰੈਸ਼ਨ ਇਜ਼ ਅ ਫੀਲਿੰਗ ਆਫ ਨੈਗੇਟਿਵਿਟੀ, ਯਾਨੀ ਕਿ ਨਕਾਰਾਤਮਕ ਸੋਚ ਡਿਵੈਲਪ ਹੋਣਾ। ਹਰ ਇਨਸਾਨ ਦੇ ਜੀਵਨ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਚੈਲੰਜਸ, ਅਲੱਗ ਅਲੱਗ ਤਰ੍ਹਾਂ ਦੀਆਂ ਚੁਣੌਤੀਆਂ ਆਉਂਦੀਆਂ ਨੇ। ਕਈ ਲੋਕ ਅੱਧੇ ਪਾਣੀ ਦੇ ਗਿਲਾਸ ਨੂੰ ਅੱਧਾ ਖਾਲੀ ਸਮਝਦੇ ਨੇ, ਔਰ ਉਹੀ ਗਿਲਾਸ ਨੂੰ ਦੇਖ ਕੇ ਕਈ ਲੋਕ ਉਮੀਦ ਦੀ ਕਿਰਨ ਜਾਗਦਿਆਂ ਹੋਇਆਂ, ਜਗਾਉਂਦਿਆਂ ਹੋਇਆਂ ਕਹਿ ਸਕਦੇ ਨੇ ਕਿ ਇਹੀ ਅੱਧਾ ਗਿਲਾਸ ਜਿਹੜਾ ਹੈ ਇਹ ਭਰਿਆ ਹੋਇਆ ਅੱਧਾ ਗਿਲਾਸ ਹੈ, ਇਹਦੇ ਵਿੱਚ ਹਲੇ ਵੀ ਅੱਧਾ ਗਿਲਾਸ ਪਾਣੀ ਦਾ ਹੈ ਜਿਹਦੇ ਨਾਲ ਮੈਂ ਆਪਣੀ ਪਿਆਸ ਬੁਝਾ ਸਕਦਾ ਹਾਂ। ਜਦਕਿ ਉਸੀ ਗਿਲਾਸ ਨੂੰ ਦੇਖ ਕੇ ਨੈਗੇਟਿਵ ਨਜ਼ਰੀਆ ਦੇਖਣ ਵਾਲੇ, ਨਜ਼ਰੀਆ ਰੱਖਣ ਵਾਲੇ ਸਾਡੇ ਜਿਹੜੇ ਦੋਸਤ ਨੇ ਉਹ ਸੋਚਣਗੇ ਕਿ ਇਹ ਕੀ ਗੱਲ, ਇਹ ਤਾਂ ਅੱਧੇ ਗਿਲਾਸ ਹੈ, ਇਹਦੇ ਨਾਲ ਮੇਰਾ ਕੀ ਬਣਨਾ ਹੈ। ਦੋਸਤੋ, ਇਹ ਇਟ ਇਜ਼ ਇਨ ਆਰ ਹੈਂਡਸ ਹਾਊ ਵੀ ਲੁੱਕ ਐਟ ਥਿੰਗਸ, ਅਸੀਂ ਕਿਵੇਂ ਕਿਸ ਨਜ਼ਰੀਏ ਨਾਲ ਚੀਜ਼ਾਂ ਨੂੰ ਦੇਖਦੇ ਹਾਂ। ਜੇਕਰ ਸਾਡੀ ਨੈਗੇਟਿਵ ਮਾਇੰਡ, ਨੈਗੇਟਿਵ ਥਾਟ ਪ੍ਰੋਸੈਸ ਜਾਂ ਨਕਾਰਾਤਮਕ ਸੋਚਣ ਦੀ ਟੈਂਡੈਂਸੀ ਦੀ ਇੱਕ ਸਾਡਾ ਝੁਕਾਵ ਸਾਡਾ ਨੈਗੇਟਿਵ ਥਾਟ ਪ੍ਰੋਸੈਸ ਵੱਲ ਹੋ ਜਾਵੇ, ਤਾਂ ਸਾਨੂੰ ਹਰ ਚੀਜ਼ ਦੇ ਵਿੱਚ ਨੁਕਸ, ਹਰ ਚੀਜ਼ ਦੇ ਵਿੱਚ ਕਮੀ ਨਜ਼ਰ ਆਉਂਦੀ ਹੈ। ਔਰ ਇਹ ਅਗਰ ਸਾਡੀ ਨੇਚਰ ਬਣ ਜਾਵੇ ਜਾਂ ਕਿਸੇ ਨਾ ਕਿਸੇ ਇੱਕ ਡਿਸਟਰਬਡ ਕੈਮੀਕਲ ਬੈਲੈਂਸ ਦੇ ਰਾਹੀਂ ਸਾਡੇ ਬ੍ਰੇਨ ਦੇ ਵਿੱਚ ਜਿਹੜਾ ਕਿ ਇੱਕ ਰਸਾਇਣਿਕ ਸੰਤੁਲਨ, ਇੱਕ ਬੈਲੈਂਸ ਬਣਿਆ ਹੋਇਆ, ਤਾਲਮੇਲ ਬਣਿਆ ਹੋਇਆ, ਜੇ ਉਹ ਵਿਗੜ ਜਾਵੇ ਤਾਂ ਅਸੀਂ ਚੰਗੀਆਂ ਚੀਜ਼ਾਂ ਦੇ ਵਿੱਚ ਵੀ ਨੁਕਸ ਦੇਖਣੇ ਸ਼ੁਰੂ ਕਰ ਦਿੰਦੇ ਹਾਂ, ਔਰ ਸਾਨੂੰ ਡਿਪਰੈਸ਼ਨ ਜਾਂ ਐਂਗਜ਼ਾਇਟੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੋਸਤੋ, ਐਕਸਰਸਾਈਜ਼ ਇੱਕ ਬਹੁਤ ਹੀ ਅੱਛਾ ਟੂਲ ਹੈ, ਬਹੁਤ ਅੱਛਾ ਇੱਕ ਸਾਡੇ ਹੱਥ ਵਿੱਚ ਇੱਕ ਤਰੀਕਾ ਹੈ ਜਿਹਦੇ ਨਾਲ ਕਿ ਅਸੀਂ ਐਕਸਰਸਾਈਜ਼ ਨਾਲ ਨੈਗੇਟਿਵ ਮਾਇੰਡ ਸੈੱਟ ਨੂੰ ਅਸੀਂ ਚੇਂਜ ਕਰ ਸਕਦੇ ਹਾਂ। ਨੈਗੇਟਿਵ ਮਾਇੰਡ ਸੈੱਟ ਨੂੰ ਚੇਂਜ ਕਰਨ ਲਈ ਤੁਸੀਂ ਰੂਟੀਨ ਐਕਸਰਸਾਈਜ਼ ਕਰੋ। ਇੱਕ ਸਟੱਡੀ ਹੋਈ ਸੀ ਜਿਹੜੀ ਕਿ 2 ਵੀਕਸ, 2 ਹਫ਼ਤਿਆਂ ਦੇ ਲਈ 28 ਮੈਨ ਐਂਡ ਵੂਮਨ 'ਤੇ ਕੰਡਕਟ ਕੀਤੀ ਗਈ ਸੀ। ਦੇਖਿਆ ਗਿਆ ਕਿ ਜਿਹੜੇ ਲੋਕਾਂ ਨੇ ਉਸ ਸਟੱਡੀ ਦੇ ਵਿੱਚ ਐਕਸਰਸਾਈਜ਼ ਰੈਗੂਲਰਲੀ ਕੀਤੀ, ਚਾਹੇ ਉਹ ਜੋਗਿੰਗ ਹੋਵੇ, ਚਾਹੇ ਉਹ ਵਾਕਿੰਗ ਹੋਵੇ, ਚਾਹੇ ਉਹ ਕੋਈ ਗੇਮ ਹੋਵੇ, ਦੇ ਐਂਡਡ ਅਪ ਕਮਿੰਗ ਆਊਟ ਆਫ ਦੈਟ ਸਟੱਡੀ ਐਜ਼ ਹੈਪੀਅਰ ਇੰਡੀਵਿਜੁਅਲਸ। ਉਹਨਾਂ ਨੂੰ ਉਹ ਖੁਸ਼ਨੁਮਾ ਰਹਿਣਾ ਸ਼ੁਰੂ ਹੋ ਗਏ, ਔਰ ਉਹਨਾਂ ਨੂੰ ਉਹਨਾਂ ਦਾ ਮੂਡ ਜ਼ਿਆਦਾ ਬੈਟਰ ਹੋ ਗਿਆ। ਸੋ ਤੁਸੀਂ ਅਗਰ ਸੋਚਦੇ ਹੋ ਕਿ ਤੁਹਾਨੂੰ ਮੂਡ ਸਹੀ ਨਹੀਂ ਰਹਿੰਦਾ ਆਮ ਤੌਰ 'ਤੇ, ਤਾਂ ਐਕਸਰਸਾਈਜ਼ ਨੂੰ ਅਡਾਪਟ ਕਰੋ, ਰੈਗੂਲਰ ਐਕਸਰਸਾਈਜ਼ ਕਰੋ।